ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਦੋਸਤੋ ਕਰੋ ਨੋਟ, ਅੱਜ ਹੋਣ ਵਾਲੀ ਕਬੱਡੀ ਦੇ ਮੈਚ ਅੱਜ 26 ਸਤੰਬਰ 2023 ਦਿਨ ਮੰਗਲਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅੱਜ ਦੋਸਤੋ ਕਬੱਡੀ ਦੇ ਮੈਚ ਕਰਵਾਏ ਜਾਣਗੇ। ਪਿੰਡ ਹੋਵੇਗਾ ਗੇਰਾ, ਤਹਿਸੀਲ ਹੋਵੇਗੀ ਮਕੇਰੀਆ, ਜ਼ਿਲ੍ਹਾ ਹੋਵੇਗਾ ਹੁਸ਼ਿਆਰਪੁਰ ਅਤੇ ਇੱਥੇ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ। ਕਬੱਡੀ 45 ਕਿਲੋ ਅਤੇ ਕਬੱਡੀ 55 ਕਿਲੋ ਦੇ ਲਗਭਗ ਮੈਚ ਹੋਣਗੇ। 45 ਕਿਲੋ ਦਾ ਪਹਿਲਾ ਇਨਾਮ 6,500, ਦੂਜਾ ਇਨਾਮ 5,100 ਅਤੇ 55 ਕਿਲੋ ਦਾ ਪਹਿਲਾ ਇਨਾਮ 7,100 ਅਤੇ ਦੂਜਾ ਇਨਾਮ 6,800 ਰੁਪਏ ਹੋਵੇਗਾ। ਲਾਈਵ ਚੱਲੇਗਾ ਦੋਸਤੋ ਇਸਦਾ kabaddi786.com ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਮੈਚ ਕਰਵਾਏ ਜਾਣਗੇ ਪਿੰਡ ਧਰਾਗਵਾਲ ਨੇੜੇ ਅੰਬੋਰ। ਇੱਥੇ ਵੀ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਆ। ਕਬੱਡੀ 57 ਕਿਲੋ ਦੇ ਪਹਿਲਾ ਇਨਾਮ 4,100 ਆ ਅਤੇ ਦੂਜਾ ਇਨਾਮ 3,100 ਰੁਪਏ ਆ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਕਰਵਾਏ ਜਾਣਗੇ ਘੋਲੀਆ ਕਲਾਂ, ਜ਼ਿਲ੍ਹਾ ਹੋਵੇਗਾ ਮੋਗਾ। ਇੱਥੇ ਦੋਸਤੋ ਅੱਜ ਕਬੱਡੀ ਨਰੋਲ 45 ਕਿਲੋ ਦੇ ਮੈਚ ਹੋਣਗੇ। ਵਜਨੀ ਕਬੱਡੀ ਦੇ ਮੈਚ ਆ, ਪਹਿਲਾ ਇਨਾਮ 3100 ਆ, ਦੂਜਾ ਇਨਾਮ 2100 ਆ। 55 ਕਿਲੋ ਦੇ ਮੈਚ ਵੀ ਹੋ ਸਕਦੇ ਆ। 55 ਕਿਲੋ ਦਾ ਪਹਿਲਾ ਇਨਾਮ 4,100 ਆ ਅਤੇ ਦੂਜਾ ਇਨਾਮ 3100 ਰੁਪਏ ਆ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਆ, ਇਹ ਕਰਵਾਏ ਜਾਣਗੇ ਪਿੰਡ ਮਹਿਮੂਦਪੁਰਾ ਅਤੇ ਇੱਥੇ ਨਰੋਲ ਪਿੰਡ ਪੱਧਰ ਦੀਆਂ 8 ਟੀਮਾਂ ਖੇਡਣਗੀਆਂ ਅਤੇ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਜਾਵੇਗਾ। ਤਾਂ ਦੋਸਤੋ ਇਹ ਸੀ ਅੱਜ ਹੋਣ ਵਾਲੇ ਵੱਖ ਵੱਖ ਜਗ੍ਹਾ 'ਤੇ ਕਬੱਡੀ ਦੇ ਮੈਚ।